ਸੋ ਵੈਲਕਮ ਬੈਕ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਵੋਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਧੱਕਾ ਹੋ ਗਿਆ ਆ, ਲੜ ਪੂਰਾ ਨਹੀਂ ਆਇਆ, ਠੀਕ ਹੈ। ਅਤੇ ਚਲੋ ਕੋਈ ਗੱਲ ਨਹੀਂ, ਪੱਗ ਪੱਗ ਹੁੰਦੀ ਆ, ਤਾਜ ਹੁੰਦਾ ਸਰ ਦਾ। ਅਤੇ ਸਪੇਸਸ਼ਿਪ ਦੀ ਟੂਰ ਟਾਈਪ ਦੀ ਵੀਡੀਓ ਬਣਾ ਕੇ AP ਨੇ ਅਪਲੋਡ ਕੀਤੀ ਹੈ ਚੈਨਲ 'ਤੇ ਖਾਸਾ। ਮਤਲਬ ਕਿਉਂਕਿ ਮੇਰਾ ਇਹ ਸਪੇਸਸ਼ਿਪ ਗਾਣਾ ਬਹੁਤ ਫੇਵਰੇਟ ਆ, ਮਤਲਬ ਗੱਡੀ ਭਜਾਉਣ 'ਚ ਸਵਾਦ ਆਉਂਦਾ, ਠੀਕ ਆ। 100 ਤੋਂ ਥੱਲੇ ਨਹੀਂ ਲੱਗਦੀ ਸਪੇਸਸ਼ਿਪ ਸੁਣ ਕੇ ਗੱਡੀ। ਸੋ ਜ਼ਰੂਰ ਜੋ ਵੀ ਵੀਡੀਓ, ਜਿਵੇਂ ਵੀ ਵੀਡੀਓ ਅੱਜ ਦੇਖਦੇ ਹਾਂ ਕੀ ਹਿਸਾਬਤਾ ਵਾ, ਠੀਕ ਆ। ਅਤੇ ਲੈਟਸ ਸਟਾਰਟ AP ਢਿੱਲੋਂ ਸਪੇਸਸ਼ਿਪ ਟੇਕ ਓਵਰ ਟੂ ਰੀਕੈਪ, ਜਿਹੜਾ ਹੁਣ ਟੂਰ ਕਰਕੇ ਗਿਆ ਸੀ AP ਸਾਰਾ, ਉਹਦਾ ਰੀਕੈਪ ਵੀ ਹੈ ਵੀਡੀਓ ਦੇ ਵਿੱਚ, ਅਤੇ ਓਫੀਸ਼ੀਅਲ ਵੀਡੀਓ ਵੀ ਇੱਕ ਤਰੀਕੇ ਦੀ। ਸੋ ਮਿਕਸ ਜਿਹਾ ਕੰਮ ਕੀਤਾ। ਹਵਾ ਨੂੰ ਚੀਰਦਾ ਜਾਵੇ ਲੱਗੇ ਹੱਥ ਨੀ ਆਉਂਦਾ ਜੱਟ ਨੀ ਫੜ ਲੈਂਦੇ ਇਫ ਦੇ ਕੋਟ ਗੈਸੋਲੀਨ ਨਾ ਫੋਲਾ ਟੈਂਕੀ ਹੱਥਾਂ ਵਿੱਚ ਬੂਜ਼ਿਆ ਮਹਿੰਗੀ ਦੇ ਲਾਈਟਾਂ ਲੱਗਦੀਆਂ ਤਾਰੇ ਚੜੇ ਸਿਰਾਂ ਨੂੰ ਨੇ ਪਾਰੇ ਜਾਂਦੀ ਉੱਡਦੀ ਫਰਾਰੀ ਲੱਗੇ ਸਪੇਸ V12 ਇੰਜਣ ਦੇ ਗੁੰਜੇ ਲਲਕਾਰ ਨੇ ਲਹਿਰਨ ਦੀ ਸੈਨਾ ਨਾਲੋਂ ਤੇਜ਼ ਰਫ਼ਤਾਰ ਨੇ 3 ਡਿਗਰੀ ਆ ਹਾਈਵੇ ਤੇ ਉੱਡਣ ਨੂੰ ਜਾਂਦੀ ਜਿੱਦਾਂ ਇੰਜਣ ਆਲਾਇਆ ਹੁੰਦਾ ਬਬਲ ਜ਼ਾਰ ਨੇ ਡਾਰਦਾ ਨੀ ਸੀਨੇ ਉੱਡੀ ਡਾਰਦਾ ਨੀ ਟਾਇਰਾਂ ਦੇ ਖਰੋੜੇ ਉੱਤੇ ਛੱਡੀ ਕਰੇਟਾਂ ਲੱਗਦੀਆਂ ਫਰਾਰੀ ਲੱਗੇ ਸਪੇਸ ਲਾਈਟਾਂ ਲੱਗਦੀਆਂ ਤਾਰੇ ਚੜੇ ਸਿਰਾਂ ਨੂੰ ਨੇ ਪਾਰੇ ਜਾਂਦੀ ਉੱਡਦੀ ਫਰਾਰੀ ਲੱਗੇ ਸਪੇਸ ਲਾਈਟਾਂ ਲੱਗਦੀਆਂ ਤਾਰੇ ਚੜੇ ਸਿਰਾਂ ਨੂੰ ਨੇ ਪਾਰੇ ਜਾਂਦੀ ਉੱਡਦੀ ਫਰਾਰੀ ਲੱਗੇ ਸਪੇਸ 60 MG ਵਾਲੀ ਐਡ ਬੱਲਾਂ ਲੇਮਨੀ ਪੌਪ ਕਰ ਲੱਗਦੀ ਨਾ ਦੁਨੀਆ ਜ਼ੇਮਨੀ ਗੱਡੀਆਂ ਦਾ ਚੱਕਾ ਯਾਰਾ ਰੱਖਿਆ ਏਦਾਂ ਜਿੱਦਾਂ ਐਲਨ ਮਸਕ ਲਈ ਪ੍ਰੋਪਲਸ਼ਨ ਦੀ ਗੇਮਨੀ ਗਿਲਟ ਲੌਂਜ ਕੁੜੇ ਬੋਲਦੇ ਆ ਘੱਟ ਜਦੋਂ ਬੋਲਦੇ ਤੇ ਮੂੰਹ ਤੇ ਪੱਕੀ ਲਾਉਂਦੇ ਗਿਲਟ ਲਾ ਬੋਲਦੇ ਆ ਘੱਟ ਪਰ ਜਦੋਂ ਬੋਲਦੇ ਆ ਤਾਂ ਪੱਕੀ ਲਾਈਟਾਂ ਲੱਗਦੀਆਂ ਤਾਰੇ ਚੜੇ ਸਿਰਾਂ ਨੂੰ ਨੇ ਪਾਰੇ ਜਾਂਦੀ ਉੱਡਦੀ ਫਰਾਰੀ ਲੱਗੇ ਸਪੇਸਸ਼ਿਪ ਲਾਈਟਾਂ ਲੱਗਦੀਆਂ ਤਾਰੇ ਚੜੇ ਸਿਰਾਂ ਨੂੰ ਨੇ ਪਾਰੇ ਜਾਂਦੀ ਆ ਜਿਹੜੀ ਬੀਟ ਆ ਨਾ ਲਾਈਟਾਂ ਲੱਗਦੀਆਂ ਤਾਰੇ ਉੱਥੇ ਇੱਕਦਮ ਗੈਸ ਦਬ ਕੇ ਫਰਾਰੀ ਲੱਗੇ ਸਪੇਸਸ਼ਿਪ ਲਾਈਟਾਂ ਲੱਗਦੀਆਂ ਤਾਰੇ ਚੜੇ ਸਿਰਾਂ ਨੂੰ ਨੇ ਪਾਰੇ ਜਾਂਦੀ ਉੱਡਦੀ ਫਰਾਰੀ ਲੱਗੇ ਸਪੇਸਸ਼ਿਪ ਨਾਈਸ ਕੋਨਸੈਪਟ, ਇੱਕ ਡਿਫਰੈਂਟ ਟਾਈਪ ਦਾ ਕੋਨਸੈਪਟ ਸੀਗਾ ਥੋੜ੍ਹਾ। ਜਿਵੇਂ ਦਿਲਜੀਤ ਵੀਰੇ ਨੇ ਵੀ ਆਪਣਾ ਮੂਡ ਗਾਣਾ ਇੱਦਾਂ ਹੀ ਰਿਲੀਜ਼ ਕੀਤਾ ਸੀਗਾ ਆਪਣੀ ਰੋਡ ਟੂਰ ਸੀਗਾ ਜਾਂ ਪਤਾ ਨਹੀਂ ਗੋਡ ਟੂਰ ਸੀਗਾ ਸ਼ਾਇਦ, ਦੋਨਾਂ 'ਚੋਂ ਕਿਸੇ ਇੱਕ ਟੂਰ ਦੇ ਵਿੱਚ ਉਹਨਾਂ ਨੇ ਉਸ ਦੀ ਨਾਲੇ ਪ੍ਰਮੋਸ਼ਨ ਕੀਤੀ ਸੀ ਉਸ ਗਾਣੇ ਦੇ ਨਾਲ, ਅਤੇ ਨਾਲੇ ਉਹ ਗਾਣਾ ਰਿਲੀਜ਼ ਕੀਤਾ ਗਿਆ ਸੀਗਾ। ਅਤੇ ਇੱਦਾਂ ਹੀ AP ਢਿੱਲੋਂ ਨੇ ਵੀ ਟਰਾਈ ਕੀਤੀ ਆ, ਅਤੇ ਨਾਈਸ ਆ, ਮਜ਼ਾ ਆਇਆ। ਗੱਲ ਆਪਾਂ ਨੂੰ ਗਾਣੇ ਨਾਲ ਮਤਲਬ ਹੁੰਦਾ, ਠੀਕ ਆ। ਐਡਾ ਗੱਲ ਕੀ, ਆਪਾਂ ਕੰਟੈਂਟ ਮੈਟਰ ਕਰਦਾ, ਵੀਡੀਓ 'ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਚਲੋ ਇੰਨਾ ਮੈਟਰ ਨਹੀਂ ਕਰਦਾ, ਬਟ ਜੋ ਵੀ ਕੀਤਾ ਸੈਕਸੀ ਕੀਤਾ, ਠੀਕ ਹੈ। VFX ਨੇ ਸਾਰਾ ਕੁਛ ਚੱਲ ਰਿਹਾ, ਹੈ ਨਾ, ਸ਼ੂਜ਼ ਘੈਂਟ ਹੋ ਰਹੇ ਆ ਪਿਓਰਾ ਦੇ। ਇੱਕ ਗਾਣਾ ਰਿਲੀਜ਼ ਕੀਤਾ ਹੈ ਨਾ ਇਹਨਾਂ ਨੇ ਹੁਣ ਉਸ ਤੋਂ ਬਾਅਦ, ਅਤੇ ਫਿਰ ਹੁਣ ਸ਼ੂਜ਼ ਔਰ ਇਹਨਾਂ ਨੇ ਕਰਤੇ ਆ। ਸੋ ਮੈਂ ਚਾਹੁੰਦਾ ਕਿ ਐਟਲੀਸਟ ਕੋਈ AP ਜਾਂ ਕੋਈ 2-3 ਗਾਣੇ, ਗੁਰਿੰਦਰ ਬਾਈ ਦਾ ਕੋਈ ਗਾਣਾ ਹੀ ਨਹੀਂ ਆ ਰਿਹਾ ਯਾਰ ਮੈਨੂੰ, ਐਕਚੁਅਲ 'ਚ ਸੋਰੀ ਟੂ ਸੇ, ਬਟ ਮੈਨੂੰ ਗੁਰਿੰਦਰ ਬਾਈ ਦੀ ਵੋਇਸ ਜਾਂ ਵੋਕਲਸ ਜ਼ਿਆਦਾ ਸੈਕਸੀ ਲੱਗਦੇ ਨੇ AP ਨਾਲੋਂ, ਸੀਰੀਅਸਲੀ ਦੱਸਾਂ ਮੈਂ ਤੁਹਾਨੂੰ। ਅਤੇ ਆਈ ਵਾਂਟ ਯਾਰ, ਚਾਹੀਦਾ ਯਾਰ ਗੁਰਿੰਦਰ ਬਾਈ ਦਾ ਗਾਣਾ ਚਾਹੀਦਾ, ਠੀਕ ਹੈ। ਇਹ ਜੱਟਾਂ ਵਾਲੀ ਵਾਈ ਵਾ ਯਾਰ ਜੋ ਉੱਪਰ 'ਚ, ਠੀਕ ਹੈ। ਬਾਕੀ ਦੈਟਸ ਆਲ, ਮੇਰੇ ਤੋਂ ਛੇਤੀ ਨਵੇਂ ਰਿਐਕਸ਼ਨ। ਸਤਿ ਸ਼੍ਰੀ ਅਕਾਲ।